ਉੱਥੇ ਇੱਕ ਸਫਰੀ ਸਰੂਪ ਸੀ ਗੁਰੂ ਸਾਹਿਬ ਦਾ ਜੋ ਕਿ 2.5x1.5 ਇੰਚ ਦਾ ਸੀ। ਉਹ ਸਫਰੀ ਸਰੂਪ ਉਹ ਸੀ ਕਿ ਜੋ ਕਿ ਗੁਰੂ ਸਾਹਿਬ ਦੇ ਬਾਬਾ ਕਿਰਪਾਲ ਸਿੰਘ ਦੇ ਟਾਈਮ ਤੋਂ ਸੀਗਾ। ਉਹ ਬਾਣੀ ਪੜ੍ਹਦੇ ਸੀ ਆਪਣੇ, ਮਤਲਬ ਕਿ ਜਦੋਂ ਉੱਥੇ ਜਾਂਦੇ ਸੀਗੇ ਲੜਾਈਆਂ 'ਤੇ ਜਾਂਦੇ ਸੀ, ਸਿੱਖ ਰੈਜੀਮੈਂਟ ਫੌਜ ਦੇ ਵਿੱਚ ਸੀ, ਲੜਾਈ 'ਚ ਜਾਂਦੇ ਸੀ, ਤਾਂ ਉਹ ਆਪਣੀ ਦਸਤਾਰ ਦੇ ਲੜਾਂ ਦੇ ਵਿੱਚ ਰੱਖ ਲੈਂਦੇ ਸੀ ਉਹ ਬਾਣੀ। ਉਹ ਵਾਲੇ ਸਫਰੀ ਸਰੂਪ ਹੈ। ਜੋ ਵੀ ਉੱਥੇ ਸੇਵਾਦਾਰ ਨੇ ਜਾਂ ਕੋਈ ਵੀ ਨੇ ਉੱਥੇ ਜਿਹੜੇ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ, ਸੁਖਾਸਨ ਕਰਦੇ ਨੇ, ਕਿ ਉਹਨਾਂ ਨੂੰ ਨਹੀਂ ਪਤਾ ਕਿ ਸਫਰੀ ਸਰੂਪ ਉੱਥੇ ਨਹੀਂ ਹੈ? ਅਤੇ ਵੀਰ ਜੀ ਇਹ ਕਹਿੰਦੇ ਆਉਂਦੇ ਹੋਏ ਕਿ ਜੇ ਤੁਸੀਂ ਸਫਰੀ ਸਰੂਪ ਉੱਪਰ ਸਰੂਪ ਨਹੀਂ ਹੈ ਮਹਾਰਾਜ ਦਾ, ਜੇ ਤੁਸੀਂ ਲੱਭ ਸਕਦੇ ਹੋ ਤਾਂ ਲੱਭ ਦਿਉ, ਨਹੀਂ ਸ਼ਾਮ ਤੱਕ ਮੈਂ ਕੱਢ ਕੇ ਦਊਂਗਾ। 3 ਤੋਂ 3:30 ਵਜੇ ਦਾ ਟਾਈਮ ਸੀ ਰਾਤ ਦਾ। ਮੇਰੀ ਸੱਸ ਨੇ ਮੇਰੇ ਪਤੀ ਨੂੰ ਬੁਲਾਇਆ, ਮੈਂ ਨਹੀਂ ਉੱਠੀ। ਅਤੇ ਮੈਨੂੰ ਲੱਗਿਆ ਵੀ ਚਲੋ ਘਰ ਦੇ ਵਿੱਚ ਕੋਈ ਬਿਮਾਰੀ ਠਮਾਰੀ ਹੁੰਦੀ ਹੈ, ਵੀ ਤਾਂ ਕਰਕੇ ਬੁਲਾਇਆ ਹੋਣਾ। ਮੇਰੇ ਪਤੀ ਉੱਠ ਕੇ ਗਏ ਬਾਹਰ। ਬਾਹਰ ਜਦੋਂ ਗਏ ਤਾਂ ਥੋੜ੍ਹੀ ਦੇਰ ਬਾਅਦ ਮੇਰੇ ਪਤੀ ਆਏ ਅੰਦਰ, ਬਿਲਕੁਲ ਦਮੇ ਪੈਰਾਂ ਨਾਲ ਆ ਕੇ ਉਹਨਾਂ ਨੇ ਅਲਮਾਰੀ ਖੋਲ੍ਹੀ। ਅਲਮਾਰੀ ਲੱਕੜ ਦੀ ਸੀ, ਜੇ ਲੋਹੇ ਦੀ ਹੁੰਦੀ ਤਾਂ ਆਵਾਜ਼ ਕਰਦੀ, ਲੱਕੜ ਦੀ ਅਲਮਾਰੀ ਸੀ। ਅਤੇ ਮੈਨੇ ਦੇਖਿਆ ਅਤੇ ਉਹਨਾਂ ਨੇ ਲੋਕਰ ਖੋਲ੍ਹਿਆ, ਆਰਾਮ ਨਾਲ ਮੈਨੂੰ ਚਾਬੀ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਲੋਕਰ ਖੋਲ੍ਹਿਆ, ਲੋਕਰ ਖੋਲ੍ਹ ਕੇ ਵੀਰ ਜੀ ਉਹਨਾਂ ਨੇ, ਉਹਨਾਂ ਦੇ ਝੱਗੀ ਪਾਈ ਹੋਈ ਸੀ, ਉਹਨਾਂ ਨੇ ਉਸ ਗੀਜੇ 'ਚ ਪਾ ਲਿਆ। ਲੋਕਰ ਖੋਲ੍ਹ ਕੇ ਉਹ ਪੈਕਟ ਜਿਹੜਾ ਇੰਨਾ ਕੁ ਸਰੂਪ ਸੀ ਉਹਨਾਂ ਨੇ ਕਵਰ ਸਮੇਤ ਹੀ ਆਪਣੀ ਗੀਜੇ 'ਚ ਪਾ ਲਿਆ। ਉਹ ਚੀਜ਼ਾਂ ਇਕੱਠੀਆਂ ਕਰੀ ਬੈਠੇ ਸੀ, ਉਹ ਫੂਕ ਰਹੇ ਸੀ, ਜਲਾ ਰਹੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ। ਇੰਨੇ 'ਚ ਜਦੋਂ ਮੇਰੀ ਨਿਗਾ, ਜਦੋਂ ਮੇਰੇ ਪਰਦਾ ਹਟਾ ਕੇ ਦੇਖਿਆ, ਮੈਂ ਸੋਚਿਆ, ਮੈਂ ਕਿਹਾ ਪਤਾ ਨਹੀਂ ਕਿ, ਜਦੋਂ ਮੈਂ ਜਾਣ ਲੱਗੀ ਮੇਰੇ ਪਤੀ ਨੇ ਨਾ ਇੱਕਦਮ ਤੋਂ ਆਪਣੀ ਗੀਜੇ 'ਚੋਂ ਉਹ ਚੀਜ਼ ਕੱਢੀ, ਪੈਕਿੰਗ ਸਮੇਤ ਚੁੱਲ੍ਹੇ ਦੇ ਵਿੱਚ ਦੇ ਦਿੱਤੀ ਮੈਨੂੰ ਇੱਕਦਮ। ਮੈਂ, ਮੇਰੇ ਪੈਰਾਂ ਤਲੇ ਤੋਂ ਜ਼ਮੀਨ ਨਿਕਲ ਗਈ ਕਿ ਇਹਦਾ ਮਤਲਬ, ਮੈਨੂੰ ਉਸ ਟਾਈਮ ਮੇਰਾ ਦਿਮਾਗ ਇਹ ਹੋ ਗਿਆ ਵੀ ਇਹਨਾਂ ਨੇ ਸਰੂਪ, ਇਹਦਾ ਮਤਲਬ ਇਹ ਸਰੂਪ ਸੀਗਾ ਜਿਹੜਾ ਇਹਨਾਂ ਨੇ ਗੁਰੂ ਮਹਾਰਾਜ ਦਾ ਲੋਕਰ ਦੇ ਵਿੱਚ ਰੱਖਿਆ ਸੀ, ਜੋ ਚੋਰੀ ਹੋਇਆ ਸੀ ਇਹਨਾਂ ਨੇ ਚੋਰੀ ਕੀਤਾ ਸੀ, ਤਾਂ ਹੀ ਮੇਰੇ ਸਹੁਰਾ ਸਾਹਿਬ ਕਹਿ ਰਹੇ ਸੀ ਵੀ ਹਾਂ ਆਪਾਂ ਅਰਬਾਪਤੀ ਕਰੋੜਾਪਤੀ ਬਣ ਜਾਂਗੇ। ਵੀਰ ਜੀ ਇਸ ਗੱਲ ਦੀ ਮੇਰੇ ਹੱਥ 'ਚ ਫੋਨ ਸੀਗਾ, ਮੈਨੇ ਜਦੋਂ ਮੇਰੇ ਫੋਨ ਦੀ ਨਾ ਫਲੈਸ਼ ਲਾਈਟ ਔਨ ਸੀ ਜੋ ਕਿ ਮੇਰੇ ਨਹੀਂ ਧਿਆਨ 'ਚ ਸੀ, ਜਦੋਂ ਉਹਦੇ ਵਿੱਚ ਮੈਨੇ ਫੋਟੋ ਵੀ ਖਿੱਚੀ, ਉਹ ਕੁਦਰਤੀ ਫਲੈਸ਼ ਲਾਈਟ ਔਨ ਹੋਣ ਕਰਕੇ ਉਹ ਸ਼ੀਸ਼ੇ ਵਿੱਚ ਦੀ ਬਾਹਰ ਮੇਰੇ ਪਤੀ ਨੂੰ ਅਤੇ ਮੇਰੀ ਸੱਸ ਨੂੰ ਦਿਖ ਗਈ, ਇਹਨਾਂ ਦੀ ਪੈ ਗਈ ਨਿਗਾਹ। ਵੀਰ ਜੀ ਮੇਰੀ ਸੱਸ ਫਟਾਫਟ ਉੱਠੀ, ਉਹਨੇ ਕੀ ਕੀਤਾ ਆਪਣੇ ਕਮਰੇ 'ਚ ਜਾ ਕੇ ਲੋਕ ਲਾ ਲਿਆ। ਉਹਦਾ ਕਮਰਾ ਬਾਹਰ ਹੀ ਸੀ ਜਿੱਥੇ ਚੁੱਲ੍ਹਾ ਜਲਾਇਆ ਸੀ ਇਹਨਾਂ ਨੇ। ਮੇਰਾ ਪਤੀ ਆਇਆ, ਮੈਂ ਜਦੋਂ ਡਰਾਇੰਗ ਰੂਮ 'ਚੋਂ ਅੰਦਰ ਨੂੰ ਨਿਕਲਣ ਲੱਗੀ, ਵੀਰ ਜੀ ਇਹਨਾਂ ਨੇ ਮੈਨੂੰ ਫੜ ਲਿਆ, ਬਹੁਤ ਜ਼ਬਰਦਸਤ ਤੋਂ ਫੜਿਆ ਅਤੇ ਮੇਰੇ ਮੂੰਹ 'ਤੇ ਥੱਪੜੀ ਥੱਪੜ ਮਾਰੇ ਔਰ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਮੈਂ ਉਸ ਟਾਈਮ ਬਹੁਤ ਜ਼ਿੱਦ ਕੀਤੀ ਵੀ ਤੁਸੀਂ ਇਹ ਕੰਮ ਪਾਪ ਕੀਤਾ, ਗੁਰੂ ਮਹਾਰਾਜ ਤੁਹਾਡੇ ਘਰ ਨੇ, ਨਿਸ਼ਾਨ ਸਾਹਿਬ ਤੁਹਾਡੇ ਘਰ ਨੇ, ਬਾਬਾ ਜੀ ਦਾ ਆਸਣ ਬਣਾਇਆ ਜਿਹਦੇ ਸਿਰ 'ਤੇ ਤੁਸੀਂ ਖਾਂਦੇ ਹੋ, ਤੁਸੀਂ ਆਹ ਕੰਮ ਕੀਤਾ ਵੀ ਮੈਂ ਸਭ ਨੂੰ ਦੱਸਾਂਗੀ। ਬੜੀ ਇੱਕ ਸ਼ਰਮਨਾਕ ਪਾਉਣ ਵਾਸਤੇ ਮੈਂ ਕਹੂੰਗਾ ਇਹ ਗੱਲ ਹੈਗੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਅੱਗ ਦੇ ਹਵਾਲੇ ਕੀਤਾ, ਕਿੱਦਾਂ ਚੋਰੀ ਕੀਤਾ, ਕਿਉਂਕਿ ਜਿੰਦਾ ਜਾਗਦਾ ਗਵਾਹ ਆ, ਸਬੂਤ ਆ, ਅਸੀਂ ਸਬੂਤ ਮੰਗਦੇ ਫਿਰਦੇ ਹਾਂ, ਲੱਭਦੇ ਫਿਰਦੇ ਹਾਂ। ਸਾਰੀ ਇਹ ਜਿਹੜੀ ਤੁਹਾਡੀ ਪ੍ਰੈਸ ਵਾਰਤਾ ਮੈਂ ਵੀ ਕੋਲ ਬੈਠਾ ਸੁਣ ਰਿਹਾ ਸੀਗਾ ਅਤੇ ਮੈਨੂੰ ਹੈਰਾਨਗੀ ਹੋ ਰਹੀ ਆ ਵੀ ਅਸੀਂ ਡੈਮੋਕ੍ਰੇਸੀ ਦੇਸ਼ ਵਿੱਚ ਰਹਿ ਰਹੇ ਹਾਂ ਪਰੰਤੂ ਸ਼ੇਮ ਹੈ। ਜੱਜ ਸਾਹਿਬ ਦੇ ਬਿਆਨ ਦਿੱਤੇ ਗਏ ਹੋਣ, ਆਈ ਜੀ ਸਾਹਿਬ ਨੂੰ ਮਿਲਿਆ ਗਿਆ ਹੋਵੇ ਪਰੰਤੂ ਹਜੇ ਕੁਝ ਵੀ ਨਾ ਹੋਇਆ ਹੋਵੇ, ਉਹ ਬੰਦੇ ਹੁਣ ਕਿੱਦਾਂ ਬਾਹਰ ਘੁੰਮ ਰਹੇ ਹੈਗੇ ਆ? ਅਤੇ ਮੇਰਾ ਸਵਾਲ ਹੈਗਾ ਸਾਰੀਆਂ ਜਥੇਬੰਦੀਆਂ ਨੂੰ, ਸਾਰੀਆਂ ਧਾਰਮਿਕ ਸੰਸਥਾਵਾਂ ਨੂੰ, SGPC ਨੂੰ, ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਿੱਤਾ ਹੋਇਆ ਖਾਂਦੇ ਹਾਂ, ਉਹਨਾਂ ਦਾ ਰਹਿਮੋ ਕਰਮ 'ਤੇ ਚੱਲ ਰਹੇ ਹਾਂ, ਪਰੰਤੂ ਅੱਜ ਸਾਡੇ ਕੋਲ ਇੱਕ ਬੇਟੀ ਲੜਕੀ ਹੋ ਕੇ ਉੱਠ ਕੇ ਗਵਾਹੀ ਵੀ ਦੇ ਰਹੀ ਆ, ਐਫੀਡੇਵਿਟ ਦੇਣ ਨੂੰ ਵੀ ਤਿਆਰ ਆ, ਸਾਰਾ ਕੁਝ ਕਹਿਣ ਨੂੰ ਤਿਆਰ ਆ, ਅਤੇ ਪਰ ਉਹ ਦਰਿੰਦਿਆਂ ਦੇ ਉੱਤੇ ਕਾਰਵਾਈ ਕੌਣ ਕਰੇਗਾ? ਹਾਂਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਸਵੀਰ ਕੌਰ ਹੈ ਜੀ। ਜਸਵੀਰ ਕੌਰ ਜੀ, ਤੁਸੀਂ ਕਿਹੜੀ ਜਗ੍ਹਾ 'ਤੇ ਰਹਿੰਦੇ ਹੋ ਅਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਨਾ ਹੈ, ਕੀ ਮਕਸਦ ਕੀ ਹੈ? ਵੀਰ ਜੀ ਮੈਂ ਇੱਥੇ ਪਟਿਆਲਾ ਦੀ ਸਮਾਣੀਆਂ ਗੇਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਨ ਆਈ ਹਾਂ। ਉਹਦਾ ਮਕਸਦ ਇਹ ਹੈ ਕਿ ਮੈਂ ਗੁਰੂ ਸਾਹਿਬ ਨੂੰ ਇਨਸਾਫ ਦਵਾਉਣਾ ਚਾਹੁੰਦੀ ਹਾਂ। ਕਿਸ ਤਰ੍ਹਾਂ ਸਥਾਨ ਤੁਹਾਨੂੰ ਕੀ ਮਾਮਲਾ ਕੀ ਲੱਗ ਰਿਹਾ? ਵੀਰ ਜੀ ਮਾਮਲਾ ਇਹ ਹੈ ਕਿ ਕਲਿਆਣ ਗੁਰਦੁਆਰਾ ਸਾਹਿਬ, ਕਲਿਆਣ ਵਿਖੇ ਗੁਰਦੁਆਰਾ ਅਰਦਾਸਪੁਰਾ ਸਾਹਿਬ, ਉੱਥੇ ਇੱਕ ਸਫਰੀ ਸਰੂਪ ਚੋਰੀ ਹੋਇਆ ਸੀ ਜੋ ਕਿ 2021-19 ਦੇ ਵਿੱਚ ਹੋਇਆ ਸੀ। ਠੀਕ ਹੈ ਜੀ, ਉਹ ਸਰੂਪ ਚੋਰੀ ਹੋਇਆ ਸੀ, ਉਹਦੇ ਵਾਸਤੇ ਬਹੁਤ ਜ਼ਿਆਦਾ ਜਥੇਬੰਦੀਆਂ ਨੇ, ਬਹੁਤ ਜ਼ਿਆਦਾ ਕੁਛ ਹੋਇਆ, ਪਰ ਉਹਦੀ ਇਹ ਸੀ ਕਿ ਉਹਦਾ ਚੋਰ ਨਹੀਂ ਸੀ ਲੱਭਿਆ। ਅੱਜ ਮੈਂ ਪ੍ਰੈਸ ਕਾਨਫਰੰਸ ਰਾਹੀਂ
उस चोर बारे दसना चाहनी हाँ जो कि चोर है और किसी नूं दिख नहीं रहा। कौन चोर है ते तुहानूं की पता है किस तरह चोर किस तरह? हाँ जी, चोर है बाबा लखवीर सिंह गोरा बाबा जो कि मेरा सहुरा साहब, मेरा पति सुखविंदर सिंह उर्फ लाली, मेरी सस मनजीत कौर, ये तीन जने चोर ने। इन्हां ने गुरु साहब की बेअदबी की है, उदी चश्मगीत गवाह है। किस तरह की गवाह की वीर जी? जो गुरुद्वारा साहब के विच मत्था टेकन गए थे उतों आते आते उत्थे एक सफरी सरूप से गुरु साहब का जो कि 2.5x1.5 inch का सी। वह सफरी सरूप वो सी कि जो कि गुरु साहब के बाबा कृपाल सिंह के टाइम जी टाइम तो सीगा। वो बाणी पढ़ते सी अपने मतलब कि जो उत्थे जाते लड़ाइया तो जाते सिख रेजीमेंट फौज के लड़ाई से जाते तो अपनी दस्तार के लड़ा के रख लेंगे वो बाणी वो वाले सफरी सरूप है। ਵੀਰ ਜੀ ਗੱਲ ਇੱਦਾਂ ਸੀ ਕਿ ਗੁਰਦੁਆਰਾ ਸਾਹਿਬ ਤੋਂ ਜਦੋਂ ਮੱਥਾ ਟੇਕ ਕੇ ਆਨੰਦ ਭਵਨ ਦੇ ਵਿੱਚੋਂ ਮੱਥਾ ਟੇਕ ਕੇ ਮੇਰੇ ਸਹੁਰਾ ਸਾਹਿਬ ਨੀਚੇ ਆ ਰਹੇ ਸੀ ਤਾਂ ਉਹਨਾਂ ਨੇ ਉਹ ਸਫਰੀ ਸਰੂਪ ਚੱਕਿਆ ਸੀ ਅਤੇ ਉੱਤਰਦੇ ਹੋਏ ਉੱਥੇ ਬਾਬਾ ਨਿਸ਼ਾਬਰ ਸਿੰਘ ਜੀ ਅਤੇ ਇੱਕ ਉੱਥੋਂ ਦੇ ਸਿੰਘ ਸੀ ਸੋਹਣ ਸਿੰਘ ਜੀ, ਉਹਨਾਂ ਨੂੰ ਕਹਿੰਦੇ ਕਿ ਉੱਪਰ ਸਫਰੀ ਸਰੂਪ ਨਹੀਂ ਹੈਗਾ ਕਿਉਂਕਿ ਜੋ ਵੀ ਉੱਥੇ ਸੇਵਾਦਾਰ ਨੇ ਜਾਂ ਕੋਈ ਵੀ ਨੇ ਉੱਥੇ ਜਿਹੜੇ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ ਸੁਖਾਸਨ ਕਰਦੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਸਫਰੀ ਸਰੂਪ ਉੱਥੇ ਨਹੀਂ ਹੈ। ਅਤੇ ਵੀਰ ਜੀ ਇਹ ਕਹਿੰਦੇ ਆਉਂਦੇ ਹੋਏ ਕਿ ਜੇ ਤੁਸੀਂ ਸਫਰੀ ਸਰੂਪ ਉੱਪਰ ਸਰੂਪ ਨਹੀਂ ਹੈ ਮਹਾਰਾਜ ਦਾ, ਜੇ ਤੁਸੀਂ ਲੱਭ ਸਕਦੇ ਹੋ ਤਾਂ ਲੱਭ ਦਿਓ, ਨਹੀਂ ਸ਼ਾਮ ਤੱਕ ਮੈਂ ਕੱਢ ਕੇ ਦਊਂਗਾ, ਜੋ ਕਿ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ। ਇਹ ਗੱਲ ਕਰਦੇ ਵੀਰ ਜੀ ਇਹ ਘਰ ਆ ਗਏ। ਘਰ ਜਦੋਂ ਆਏ ਘਰ ਆਏ ਅਤੇ ਉੱਥੇ ਜਦੋਂ ਕਹਿ ਕੇ ਆਏ ਤਾਂ ਇਹ ਇਸ ਗੱਲ ਦਾ ਰੌਲਾ ਉੱਥੋਂ ਦੀ ਕਮੇਟੀ ਨੇ ਉੱਥੋਂ ਦੀ ਜਥੇਬੰਦ ਉੱਥੇ ਦੀ ਜਿਹੜੀ ਗੁਰਦੁਆਰਾ ਦੀ ਜਿਹੜੀ ਸੇਵਾਦਾਰ ਨੇ ਉਹਨਾਂ ਨੇ ਇਸ ਗੱਲ ਦਾ ਰੌਲਾ ਪਾ ਤਾ ਕਿ ਸਫਰੀ ਸਰੂਪ ਨਹੀਂ ਹੈ ਨਹੀਂ ਹੈ ਨਹੀਂ ਹੈ ਇਹ ਚੀਜ਼ ਦਾ। ਫਿਰ ਵੀਰ ਜੀ ਜਦੋਂ ਘਰ ਆਏ ਜੋ ਮੈਨੂੰ ਮੈਟਰ ਪਤਾ ਲੱਗਿਆ ਘਰ ਆਏ ਤਾਂ ਇਹਨਾਂ ਨੇ ਮੇਰਾ ਉਹ ਸਫਰੀ ਸਰੂਪ ਮੇਰੀ ਸੱਸ ਨੂੰ ਲਿਆ ਕੇ ਫੜਾ ਤਾ। ਮੇਰੀ ਸੱਸ ਨੇ ਉਹ ਆਪਣੇ ਰੂਮ ਦੀ ਅਲਮਾਰੀ ਵਿੱਚ ਰੱਖ ਲਿਆ। ਉਹ ਜਦੋਂ ਰੱਖਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਇਹਨਾਂ ਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਉਸ ਚੀਜ਼ ਦਾ ਰੌਲਾ ਪੈ ਜੂਗਾ। ਇਹਨਾਂ ਨੇ ਵੀਰ ਜੀ ਰਾਤ ਦੇ 11 ਵਜੇ ਅਤੇ ਉੱਧਰੋਂ ਮੇਰੇ ਪਤੀ ਅਤੇ ਮੇਰੀ ਸੱਸ ਅਤੇ ਮੇਰੀ ਦਰਾਣੀ ਇਹ ਤਿੰਨੋਂ ਜਾਣੇ ਮਤਲਬ ਕਿ ਰਾਤ ਨੂੰ ਹੀ 11 ਵਜੇ ਗੁਰਦਾਸਪੁਰ ਲਈ ਰਵਾਨਾ ਹੋ ਗਏ। ਉੱਥੋਂ ਇਹਨਾਂ ਨੇ ਉਹ ਸਰੂਪ ਉੱਥੇ ਰੱਖ ਕੇ ਆਉਂਦਾ ਜਾਂ ਕੀ ਕੀਤਾ, ਮੈਂ ਇਸ ਗੱਲ ਦਾ ਚਰਚਾ ਇਸ ਵਾਸਤੇ ਮੈਂ ਆਪਣੇ ਸਹੁਰਾ ਸਾਹਿਬ ਨਾਲ ਕੀਤੀ। ਮੈਂ ਕਿਹਾ ਡੈਡੀ ਵੀ ਇੰਨੀ ਰਾਤ ਨੂੰ ਇਹ ਚੱਲੇ ਨੇ ਵੀ ਕੀ ਚੱਕਰ ਹੈ? ਕਹਿੰਦੇ ਤੂੰ ਆਪਣੇ ਕੰਮ ਤੱਕ ਮਤਲਬ ਰੱਖ। ਵੀਰ ਜੀ ਇੱਦਾਂ ਹੀ ਇੰਨੇ ਚਿਰ ਅਗਲੇ ਦਿਨ ਤੱਕ ਰੌਲਾ ਪੈ ਗਿਆ, ਪ੍ਰਸ਼ਾਸਨ ਦੀ ਰੇਡ ਪੈ ਗਈ, ਸਭ ਕੁਝ ਹੋ ਗਿਆ ਜੋ ਕਿ ਮੈਨੂੰ ਪਤਾ ਲੱਗਿਆ। ਮੈਨੇ ਸੋਚਿਆ ਜਦੋਂ ਵੀ ਸਾਨੂੰ ਬਿਆਨਾਂ ਵਾਸਤੇ ਬੁਲਾਇਆ ਜਾ ਰਿਹਾ ਸੀ ਅਤੇ ਮੇਰੇ ਸਹੁਰਾ ਸਾਹਿਬ ਕਹਿ ਰਹੇ ਸੀ ਕਿ ਕਿਸੇ ਨੇ ਫਾਲਤੂ ਕੁਛ ਨਹੀਂ ਬੋਲਣਾ, ਜੇ ਤੁਹਾਨੂੰ ਕੋਈ ਪੁੱਛਿਆ ਜਾਊਗਾ ਤਾਂ ਤੁਸੀਂ ਕਹਿਣਾ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ। ਵੀਰ ਜੀ ਇਹ ਚੱਲਦਾ ਰਿਹਾ। ਮੇਰਾ ਸ਼ੱਕ ਕਦੋਂ ਕਲੀਅਰ ਹੋਇਆ? ਜਦੋਂ ਇਹਨੇ ਕੋਵਿਡ ਦਾ ਕਰੋਨਾ ਜੋ ਕਿ ਵਾਇਰਸ ਚੱਲ ਰਿਹਾ ਸੀ ਜਿਹਦੇ ਕਰਕੇ ਸਾਰਾ ਪੰਜਾਬ ਬੰਦ ਸੀ, ਸਭ ਕੁਛ ਬੰਦ ਸੀ, ਸਾਰਾ ਦੇਸ਼ ਬੰਦ ਸੀ, ਉਦੋਂ ਮੇਰਾ ਸ਼ੱਕ ਕਲੀਅਰ ਹੋ ਗਿਆ ਕਿ ਇਹ ਚੀਜ਼ ਇਹਨਾਂ ਦੀ ਕੀਤੀ ਹੋਈ ਹੈ। ਕਿਉਂਕਿ ਜਦੋਂ ਵੀ ਮੈਂ ਕੋਈ ਗੱਲ ਕਰਦੀ ਸੀ ਮੇਰੇ ਸਹੁਰਾ ਸਾਹਿਬ ਕੰਨੀ ਤੋਂ ਕਿਹਾ ਜਾਂਦਾ ਸੀ ਆਪਾਂ ਕਰੋੜਾਪਤੀ ਅਰਬਾਪਤੀ ਬਣ ਜਾਂਗੇ, ਤੂੰ ਟੈਨਸ਼ਨ ਨਾਲ ਹੈ, ਤੂੰ ਟੈਨਸ਼ਨ ਨਾਲ ਹੈ। ਮੈਂ ਸੋਚੀ ਜਾਂਦੀ ਸੀ ਵੀ ਪਤਾ ਨਹੀਂ ਕੀ ਚੱਕਰ ਹੈ ਕੀ ਗੱਲ ਹੈ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀਰ ਜੀ, ਇੱਕ ਦਿਨ ਇਹ ਉੱਥੋਂ ਮੇਰੇ ਜਿਹੜੇ ਮੇਰੀ ਸੱਸ ਸੀ ਮੇਰਾ ਪਤੀ ਸੀ ਸੁਖਵਿੰਦਰ ਸਿੰਘ, ਇਹ ਗੁਰਦਾਸਪੁਰ ਤੋਂ ਆਏ, ਯਾਨੀ ਕਿ ਮੇਰੀ ਜਿਹੜੀ ਦਰਾਣੀ ਸੀ ਉਹਨੂੰ ਲੈ ਕੇ ਵਾਪਸ। ਜਦੋਂ ਮਸਲਾ ਬਿਲਕੁਲ ਠੰਡਾ ਹੋ ਗਿਆ, ਬਿਲਕੁਲ ਸ਼ਾਂਤ ਹੋ ਗਿਆ ਕਿ ਕੋਈ ਪ੍ਰਸ਼ਾਸਨ ਨਹੀਂ ਸੀ ਬੁਲਾ ਰਿਹਾ, ਕੋਈ ਕੁਛ ਨਹੀਂ ਸੀ ਕਰ ਰਿਹਾ, ਇਹਨਾਂ ਨੇ ਪ੍ਰਸ਼ਾਸਨ ਤੋਂ ਬਚਣ ਵਾਸਤੇ ਕੀ ਕੀਤਾ ਸੀ, ਕੋਵਿਡ ਦੀਆਂ ਝੂਠੀਆਂ ਰਿਪੋਰਟਾਂ ਵੀ ਬਣਵਾਈਆਂ ਸੀ ਇਹਨਾਂ ਨੇ ਘਰੋਂ ਕਈ, ਮਤਲਬ ਕਿ ਸਾਨੂੰ ਇਹ ਵੀ ਸੀ ਕਿ ਸਾਨੂੰ ਘਰੋਂ ਕਿਤੇ ਹੋਰ ਵੀ ਭੇਜਤਾ ਸੀ ਕਿ ਤੁਸੀਂ ਰਿਸ਼ਤੇਦਾਰੀ 'ਚ ਚਲੇ ਜਾਓ ਜਾਂ ਤੁਸੀਂ ਘੁੰਮਣ ਚਲੇ ਜਾਓ ਤਾਂ ਕਿ ਸਾਡੇ ਤੋਂ ਕੋਈ ਪੁੱਛ ਗਿੱਛ ਨਾ ਹੋ ਸਕੇ। ਫਿਰ ਉਹ ਸਰੂਪ ਦੀ ਗੱਲ ਕੀਤੀ, ਫਿਰ ਸਰੂਪ ਕਿੱਥੇ ਗਿਆ ਸੀ? ਹਾਂਜੀ ਸਰੂਪ ਵੀਰ ਜੀ ਇਹਨਾਂ ਨੇ ਘਰ ਹੀ ਲਿਆ ਕੇ ਰੱਖਿਆ ਸੀ। ਜਦੋਂ ਇਹ ਚਲੇ ਗਏ, ਜਦੋਂ ਇਹ ਥੋੜ੍ਹੇ ਦਿਨ ਬਾਅਦ ਫਿਰ ਆਏ ਸੀ ਨਾ ਸਰੂਪ ਲੈ ਕੇ, ਇਹਨਾਂ ਨੇ ਪਹਿਲਾਂ ਲੁਕੋਤਾ ਸੀ। ਪਹਿਲਾਂ ਜਦੋਂ ਬਾਬਾ ਜੀ ਉੱਥੋਂ ਆਏ ਸੀ ਕਲਿਆਣ ਗੁਰਦੁਆਰਾ ਸਾਹਿਬ ਤੋਂ, ਇਹਨਾਂ ਨੇ ਸਰੂਪ ਘਰ ਆ ਕੇ ਮੇਰੀ ਸੱਸ ਨੂੰ ਫੜਾਇਆ, ਉਹਨੇ ਆਪਣੀ ਅਲਮਾਰੀ 'ਚ ਰੱਖਿਆ। ਇਹਨਾਂ ਨੂੰ ਨਹੀਂ ਪਤਾ ਸੀ, ਇਹਨਾਂ ਨੂੰ ਇਹ ਸੀ ਕਿ ਜਦੋਂ ਨਹੀਂ ਉਹਨਾਂ ਨੂੰ ਨਹੀਂ ਲੱਭੂਗਾ ਵੀ ਮੈਂ ਲੱਭ ਕੇ ਉੱਥੇ ਵੀ ਮੈਂ ਉੱਥੇ ਰੱਖ ਦੂੰਗਾ ਜਾ ਕੇ ਵੀ ਮੇਰਾ ਨਾਂ ਹੋ ਜੂਗਾ, ਵੀ ਇਹਨਾਂ ਨੂੰ ਲੱਗੂਗਾ ਵੀ ਹਾਂ ਇਹ ਬਾਬੇ ਗੋਰੇ ਨੇ ਲੱਭਤਾ ਵੀ ਹਾਂ ਸਭ ਕੁਛ, ਕਿਉਂਕਿ ਇਹਨਾਂ ਨੇ ਇਹ ਕੰਮ ਤਾਂ ਕੀਤਾ ਸੀ, ਇਹ ਗੁਰਦੁਆਰਾ ਸਾਹਿਬ ਦੀ ਗੱਦੀ ਲੈਣਾ ਚਾਹੁੰਦੇ ਸੀ, ਇਸ ਕਰਕੇ ਕੀਤਾ ਸੀ। ਉਸ ਤੋਂ ਬਾਅਦ ਵੀਰ ਜੀ ਥੋੜ੍ਹਾ ਜਦੋਂ ਮਸਲਾ ਠੰਡਾ ਹੋ ਗਿਆ ਅਤੇ ਇਹ ਸਰੂਪ ਲਿਆਂਦਾ ਗਿਆ ਵਾਪਸ ਜਿੱਥੇ ਇਹਨਾਂ ਨੇ ਲੁਕੋਇਆ ਸੀ ਲਿਜਾ ਕੇ, ਉੱਥੋਂ ਜਦੋਂ ਵਾਪਸ ਲਿਆਂਦਾ ਗਿਆ ਮੇਰੇ ਪਤੀ ਨੂੰ ਮੇਰੀ ਸੱਸ ਨੇ ਫੜਾਇਆ, ਜੋ ਕਿ ਇੱਕ ਗਿਫਟ ਰੈਪ ਹੁੰਦਾ, ਗਿਫਟ ਰੈਪ ਦੇ ਵਿੱਚ ਮੇਰੇ ਪਤੀ ਨੇ ਉਹ
लपेट लिया, लपेट के मेरे कमरे की अलमारी दे विच रखिया जो कि लॉकर सी। ठीक है जी, अलमारी सारी खुली सी ते लॉकर दे विचो रखिया सी। मैनू पै गया शक भी हाँ भी ये की कर। मैंने अपने पति नूं पुछया भी तुसी सारी अलमारी खुली छड्डी है, भी तुसी लॉकर नूं लॉक क्यों लाया। मैनू जदों भी मैं पूछना तूं की लैना, तेरा तू अपना काम कर। मैं क्या चलो जी। फिर एक दिन की होया, 3 to 3:30 का टाइम सी रात का, मेरी सस ने मेरे पति नूं बुलाया। मैं नहीं उठी ते मैनू लग्या भी चलो घर दे विच कोई बीमारी ठमारी हुंदी है भी तां करके बुलाया होना। मेरे पति उठ के गए बाहर, बाहर जदों गए ते थोड़ी देर बाद मेरे पति आए अंदर बिल्कुल दबे पैरों नाल आके उन्होंने अलमारी खोली। अलमारी लकड़ दी सी, जे लोहे दी हुंदी तां आवाज़ करदी, लकड़ दी अलमारी सी। ते मैंने देखिया ते उन्होंने लॉकर खोलिया आराम नाल, मैनू चाबी दी आवाज़ सुनाई दित्ती। जदों लॉकर खोलिया, लॉकर खोल के वीर जी उन्होंने उन्होंने झग्गी पाई हुई सी, उन्होंने उस गीजे च पा लिया लॉकर खोल के। वो पैकेट जिहड़ा इन्ना का सरूप सी उन्होंने कवर समेत ही अपनी गीजे च पा लिया। गीजे च जदों उन्होंने पाया वो सरूप, मैं फटाफट उठी, वो बाहर निकल गए। मैं बिल्कुल हौली उठी, जदों मैं अलमारी खोली तां अलमारी भी खुली, लॉकर भी खुलिया। मेरा डाउट क्लीयर हो गया भी यही जी की चीज़ सी जिहड़ी अद्धी रात नूं इन्हां नूं कढ़ी इन्हां ने। ते वीर जी मैं रसोई च चली गई, रसोई च मैनूं बाहर चानण नज़र आया। मैं एकदम तो घबरा गई भी चानण पता नहीं किस चीज़ का। मैं एवें अपने रूम रसोई विचों ना ड्राइंग रूम च हो गई, ड्राइंग रूम च जदों गई मैंने हल्का जिहा पर्दा साइड ते कीता वीर जी, बाहर मेरी सस ते मेरा पति चुल्हा जलाई बैठे सी, जिहड़ा मिट्टी का चुल्हा हुंदा ना, इन्होंने अग बाली सी। मैं सोचा भी इस टाइम कि अग बाल रहे ने भी, हुण तां कोई मौसम भी इदां दा नहीं हैगा या फिर ये समा भी नहीं, 3 to 3:30 का किहड़ा टाइम हुंदा चुल्हा बालण दा जदों अपने घर गैस ने। वीर जी इन्हां उत्थे एक जिवें अपने वह हुंदे ने कैलेंडर हुंदे ने या फोटोआं हुंदियां ने, थोड़ियां महाराज दियां फोटो फट जांदियां या कोई जंतरियां हुंदियां ने, है ना, वो चीज़ां कट्ठियां करी बैठे सी, वो फूक रहे सी, जला रहे सी उन्हां नूं एक एक करके। इन्ने च जदों मेरी जदों मैंने पर्दा हटा के देखिया, मैं सोचा मैं कहा पता नहीं कि जदों मैं जान लगी मेरे पति ने ना एकदम तो अपनी गीजे चो चीज़ कढ़ी पैकिंग समेत चुल्हे दे विच देती। मैनू एकदम मैं मेरे पैरां तले तो जमीन निकल गई कि इहदा मतलब, मैनू उस टाइम मेरा दिमाग ये हो गया भी इन्हां ने सरूप, इहदा मतलब ये सरूप सीगा जिहड़ा इन्हां ने गुरु महाराज का लॉकर दे विच रखिया सी, जो चोरी होया सी इन्हां ने चोरी कीता सी, तां ही मेरे सौहरा साहब कह रहे सी भी हाँ आपां अरबापति करोड़ापति बन जाएंगे। वीर जी इस गल दी मेरे हाथ च फोन सीगा, मैंने जदों मेरे फोन की ना फ्लैश लाइट ऑन सी जो कि मेरे नहीं ध्यान च सी, जदों उहदे विच मैंने फोटो भी खिंच ली सीगी, फोटो भी खिंची, वो कुदरती फ्लैश लाइट ऑन होण करके वो शीशे विच दी बाहर मेरे पति नूं ते मेरी सस नूं दिख गई। इन्हां दी पै गई निगाह। वीर जी मेरी सस फटाफट उठी, उन्हें की कीता अपने कमरे च जाके लॉक ला लिया, उहदा कमरा बाहर ही सी जिथे चुल्हा जलाया सी इन्हां ने। मेरा पति आया, मैं जदों ड्राइंग रूम चों अंदर नूं निकलण लगी वीर जी इन्हां ने मैनू फड़ लिया, बहुत जबरदस्त तो फड़िया ते मेरे मुँह ते थप्पड़ी थप्पड़ मारे और मैंने बहुत बुरी तरह कुटिया। मैं उस टाइम बहुत जिद की भी तुसी ये काम पाप किया, गुरु महाराज थोड़े घरे ने, निशान साहब थोड़े घरे ने, बाबा जी का आसन बनाया जिदे सिर ते तुसी खाने हो, तुसी आ काम किया भी मैं सबनों दसांगी। वीर जी इस गल पिछे इन्होंने मैंने अद्धी मरी मरन वाली करता, इन्होंने बहुत बुरी तरह लत्तां मार मार के कुटिया। अगले दिन उस दिन शाम में मेरे सहुरा साहब आए, मैंने ये गल पिछे ना मेरे सहुरा साहब कहते कि मैनू बहुत गुस्सा सी कि मैं गल कि करा, क्योंकि जिहड़ा फोन सी जिहदे विच मैं फोटो खिंची सी, मेरे पति नूं पता लग गया ने फोटो खिंची आ, वह फोन खोल के तोड़ के चुल्हे दे विच वह भी देता, जी कि मैं किसी नूं दस भी नहीं सकती सी। मैं इन्नी बेबस हो गई सी कि मैं अपने घरदिआं नाल भी कॉन्टैक्ट नहीं सी कर सकती, मैनूं इन्नी बुरी तरह कुट्टिया। जदों तुहानूं ये जानकारी सारी पता लगी, हाँ जी, तुसीं प्रशासन कोल वी गल गई सी, धरने भी लगे, हाँ जी, तां फिर तुसीं प्रशासन नूं अधिकारियां नूं जज साहिबां नूं गल सारी दसी। वीर जी ये सारी गल मैं दसी उहनां नूं, पर उस टाइम मैं उस टाइम जदों मैनूं पता लगी ना ये चीज़ मैं दसी, पर उस दे विच ये की गल हो गई सी जदों मैं उत्थों निकलण की कोशिश की उस टाइम ने मैं निकल सकी, क्योंकि मेरी हालत बहुत खराब सी। जदों मैं मेरे सहुरे नूं दस्सिया कि डैडी तुसीं आह काम किया तो उन्होंने वीर जी मैनूं बहुत बुरी तरह कुट्टिया ते मैनूं कहा तैनूं असीं बाहर की तैनूं जिंदी भी नहीं छड्डणा, उन्होंने मैनूं इन्नी बुरी तरह मारिया। तो उस तो बाद की किया वीर जी, मैं उन्होंने विश्वास जित के, क्योंकि मेरे कोई फोन भी नहीं सी, मैं अपने घरदियां नूं, क्योंकि जे मैं कोई गल कर दी अपने घरदियां नाल कर दी तो मैं उत्थे किसी ते विश्वास नहीं कर सकती, मैं बिल्कुल टुट गई सी भी मैं किनू दसा। गोलियां नशे दियां गोलियां दिंदे सीगे, नींद दियां गोलियां दवांदे, तो मैं
ਉਹਦੇ ਨਾਲ ਮੇਰਾ ਦਿਮਾਗ ਤੁਸੀਂ ਆਪ ਦੇਖੋ ਕਿ ਜਦੋਂ ਮੈਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਨਾ ਮੇਰਾ ਨੀਂਦ ਦੀਆਂ ਗੋਲੀਆਂ ਕੋਈ ਚੀਜ਼ ਦੇਣੀ ਲੈ ਤੂੰ ਖਾ ਲੈ ਉਹਦੇ ਵਿੱਚ ਵੀ ਨੀਂਦ ਦੀਆਂ ਗੋਲੀਆਂ ਚਾਹ ਦੇਣੀ ਉਹ ਲੈ ਤੂੰ ਪੀ ਲੈ ਉਹਦੇ ਵਿੱਚ ਵੀ ਨੀਂਦ ਦੀਆਂ ਗੋਲੀਆਂ ਤਾਂ ਇਹਦੇ ਨਾਲ ਮੈਨੂੰ ਸੁਰਤ ਕਿੱਥੇ ਰਹਿੰਦੀ ਮੈਂ ਫਿਰ ਇਹਨਾਂ ਦਾ ਵਿਸ਼ਵਾਸ ਜਿੱਤਿਆ ਹੌਲੀ ਹੌਲੀ ਅਤੇ ਮੈਨੇ ਕੀ ਕੀਤਾ ਫਿਰ ਮੈਂ ਆਪਣੇ ਘਰ ਬਹਾਨਾ ਮਾਰ ਕੇ ਆਈ ਕਿ ਮੈਨੂੰ 2 ਦਿਨ ਵਾਸਤੇ ਮੇਰੇ ਘਰ ਛੱਡ ਦਿਉ ਇਹ ਵੀਰ ਜੀ ਮੈਨੂੰ ਛੱਡ ਕੇ ਗਏ ਘਰ ਛੱਡ ਕੇ ਗਏ ਮੈਂ 2 ਦਿਨ ਕੱਢੇ ਮੇਰੇ ਮੰਮੀ ਪਾਪਾ ਕਹਿੰਦੇ ਵੀ ਕੀ ਗੱਲ ਵੀ ਤੂੰ ਸਾਡੇ ਨਾਲ ਗੱਲ ਵੀ ਨਹੀਂ ਸੀ ਚੰਗੀ ਤਰ੍ਹਾਂ ਕਰਦੀ ਕਿਉਂਕਿ ਫੋਨ ਜਦੋਂ ਇਹ ਕਰਦੇ ਸੀ ਮੇਰੇ ਘਰ ਵੀ ਸਹੁਰੇ ਦੇ ਫੋਨ 'ਤੇ ਜਾਂ ਫਿਰ ਮੇਰੇ ਪਤੀ ਦੇ ਫੋਨ 'ਤੇ ਕਰਦੇ ਸੀ ਉਹਨਾਂ ਦੇ ਫੋਨਾਂ 'ਚ ਰਿਕਾਰਡਿੰਗਾਂ ਸੀ ਮੈਂ ਗੱਲ ਨਹੀਂ ਦੱਸ ਸਕਦੀ ਸੀ ਮੈਨੇ ਫਿਰ ਆਪਣੇ ਪਾਪਾ ਨੂੰ ਕਿਹਾ ਮੈਂ ਕਿਹਾ ਪਾਪਾ ਵੀ ਇੱਕ ਗਲਤ ਕੰਮ ਹੋ ਗਿਆ ਜੋ ਮੈਂ ਸਮਝ ਨਹੀਂ ਲੱਗ ਰਹੀ ਵੀ ਮੈਂ ਕਿੱਦਾਂ ਦੱਸਾਂ ਕਿਹਨੂੰ ਦੱਸਾਂ ਮੈਨੂੰ ਕਿਸੇ 'ਤੇ ਯਕੀਨ ਨਹੀਂ ਫਿਰ ਮੈਂ ਇਸ ਗੱਲ ਪਿੱਛੇ ਆਪਣੇ ਮੰਮੀ ਪਾਪਾ ਨੂੰ ਦੱਸਿਆ ਮੇਰੇ ਪਾਪਾ ਕਹਿੰਦੇ ਤੂੰ ਹਿੰਮਤ ਨਹੀਂ ਹਾਰਨੀ ਅਸੀਂ ਤੇਰੇ ਨਾਲ ਹੈਗੇ ਹਾਂ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਇਹ ਨਾ ਸੋਚ ਤੈਨੂੰ ਮੈਂ ਇਹੀ ਗੱਲ ਸੋਚੀ ਕਹਿੰਦੇ ਤੂੰ ਮਰਦੀ ਹੈ ਤੂੰ ਮਰ ਪਰ ਕਹਿੰਦੇ ਗੁਰੂ ਸਾਹਿਬ ਨੂੰ ਇਨਸਾਫ ਜ਼ਰੂਰ ਦਿਵਾਉਣਾ ਕਿਉਂਕਿ ਇਹ ਗੁਰੂ ਸਾਹਿਬ ਦੇ ਪਾਪੀ ਨੇ ਇਸੇ ਕਰਕੇ ਮੈਂ ਅੱਜ ਇਹੀ ਕੋਸ਼ਿਸ਼ ਕੀਤੀ ਮੈਂ ਵੀਰ ਜੀ ਨਾਲ ਕੰਟੈਕਟ ਕੀਤਾ ਕਿ ਵੀਰ ਜੀ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਕਿਉਂਕਿ ਮੈਂ ਕਿਸੇ 'ਤੇ ਵੀ ਯਕੀਨ ਨਹੀਂ ਕਰ ਸਕਦੀ ਇਸ ਚੀਜ਼ ਵਾਸਤੇ ਮੈਂ ਇਸ ਗੱਲ ਪਿੱਛੇ ਮੈਂ IG ਸਾਹਿਬ ਨਾਲ ਵੀ ਗੱਲ ਕੀਤੀ SSP ਸਾਹਿਬ DSP ਸਾਹਿਬ ਜੱਜ ਸਾਹਿਬ ਤੱਕ ਮੇਰੇ ਕੋਲ ਮੇਰੇ ਬਿਆਨ ਹੋ ਗਏ ਮੈਨੇ ਸਾਰਿਆਂ ਨੂੰ ਇਹ ਚੀਜ਼ ਦੱਸੀ ਫਿਰ ਮੈਨੇ ਵੀਰ ਜੀ ਨਾਲ ਕੰਟੈਕਟ ਕੀਤਾ ਮੈਂ ਕਿਹਾ ਵੀਰ ਜੀ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਵੀ ਮੈਨੇ ਤੁਹਾਡੇ ਬਾਰੇ ਸੁਣਿਆ ਪਰ ਮੇਰੀ ਮਦਦ ਕੋਈ ਨਹੀਂ ਕਰ ਰਿਹਾ ਮੈਂ ਮਰਨ ਤੋਂ ਨਹੀਂ ਡਰਦੀ ਮੈਨੂੰ ਚਾਹੇ ਅੱਜ ਮਾਰ ਦੇਣ ਮੈਨੂੰ ਕੋਈ ਇੰਨਾ ਸਮਾਂ ਲੰਬਾ ਇੰਨਾ ਸਮਾਂ ਹੋ ਗਿਆ ਅਜੇ ਤੱਕ ਜਿਹੜਾ ਇਨਸਾਫ਼ ਨਹੀਂ ਮਿਲਿਆ ਕੀ ਸਮਝਦੇ ਕਿਉਂਕਿ ਸੰਸਥਾਵਾਂ ਦੀ ਗਲਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਥ ਦੇ ਰਹੀ ਕੀ ਸਮਝਦੇ ਕਿਉਂ ਨਹੀਂ ਇੰਨਾ ਸਮਾਂ ਹੋ ਗਿਆ ਤੁਸੀਂ ਬਿਆਨ ਵੀ ਦਰਜ ਕਰਵਾਏ ਨੇ ਆਪਣੇ ਹਾਂਜੀ ਮੇਰੇ ਬਿਆਨ ਵੀਰ ਜੀ ਜਨਵਰੀ 'ਚ ਹੋਏ ਸੀ ਜਨਵਰੀ ਤੋਂ ਲੈ ਕੇ ਹੁਣ ਤੱਕ ਕਮੀ ਕਿੱਥੇ ਦੇਖ ਲਓ ਕਿਉਂ ਨਹੀਂ ਸਾਫ਼ ਮਿਲ ਰਿਹਾ ਮੈਨੂੰ ਖੁਦ ਨਹੀਂ ਸਮਝ ਆ ਰਿਹਾ ਕਿਉਂਕਿ ਜਿਹੜੇ ਗੁਰੂ ਘਰ ਦੇ ਵਿੱਚ ਸਰੂਪ ਦੀ ਬੇਅਦਬੀ ਹੋਈ ਉਸ ਗੁਰੂ ਘਰ ਦੇ ਵਿੱਚ ਵੀ ਮੈਂ ਜਾ ਕੇ ਕਿਹਾ ਸੀ ਕਿ ਮੈਂ ਖੜੀ ਹਾਂ ਤੁਹਾਡੇ ਨਾਲ ਮੈਂ ਬਿਆਨ ਦੇਣ ਨੂੰ ਤਿਆਰ ਹਾਂ ਤੁਸੀਂ ਮੇਰਾ ਸਾਥ ਤਾਂ ਦਿਓ ਪਿੰਡ ਵਾਸੀ ਵਗੈਰਾ ਕੋਈ ਸਰਪੰਚ ਸਰਪੰਚ ਕੋਈ ਨਾਲ ਨਹੀਂ ਜੀ ਉਹਨਾਂ ਦੀ ਕਮੇਟੀ ਮੈਂਬਰ ਸੀਗੇ ਉੱਥੇ ਅੱਛਾ ਗੁਰਦੁਆਰਾ ਸਾਹਿਬ ਦੇ ਕਮੇਟੀ ਬੈਠੀ ਨਹੀਂ ਨਹੀਂ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸਰਪੰਚ ਦੀ ਗੱਲ ਉੱਥੇ ਸਰਪੰਚ ਸਾਹਿਬ ਮੌਜੂਦ ਸੀ ਵੀਰ ਜੀ ਨਹੀਂ ਕਰਵਾਉਣਾ ਨਹੀਂ ਕੋਈ ਨਹੀਂ ਕਿਸੇ ਨੇ ਕੁਛ ਨਹੀਂ ਕੀਤਾ ਮੈਂ ਬਕਾਇਦਾ ਸਭ ਕੁਛ ਉਹਨਾਂ ਨੂੰ ਦਿਖਾ ਕੇ ਵੀ ਆਈ ਸਭ ਕੁਛ ਕਿਹਾ ਤੇ ਹੁਣ ਆਪਾਂ ਗੱਲ ਕੀਤੀ ਜਾਵੇ ਤੁਸੀਂ ਸਾਰਾ ਜਿਹੜਾ ਵੇਰਵਾ ਦੱਸਦਾ ਹੁਣ ਕੀ ਕੀ ਕਹਿਣਾ ਚਾਹੁੰਦੇ ਅਕਾਲ ਤਖਤ ਸਾਹਿਬ ਤੱਕ ਵੀ ਮੈਂ ਵੀਰ ਜੀ ਚਿੱਠੀ ਪਹੁੰਚਾਤੀ ਹੁਣ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਇੰਨਾ ਵੱਡਾ ਜਿਹੜਾ ਗੁਰੂ ਸਾਹਿਬ ਦੀ ਬੇਨਤੀ ਕੀਤੀ ਗਈ ਹੈ ਅਤੇ ਗੁਰੂ ਸਾਹਿਬ ਦਾ ਸਰੂਪ ਆ ਉਹਨੂੰ ਅਗਨ ਪੇ ਲਿਖਤਾ ਗਿਆ ਕੀ ਉਹਦੇ ਬਾਰੇ ਹੁਣ ਕੀ ਮੰਗ ਕਰਦੇ ਹੋ ਵੀਰ ਜੀ ਮੈਂ ਇਹ ਮੰਗ ਕਰਦੀ ਹਾਂ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਔਰ ਇਸ ਹੱਦ ਤੱਕ ਦਿੱਤੀ ਜਾਵੇ ਸਜ਼ਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਉਹਨਾਂ ਨੇ ਆਪਾਂ ਨੂੰ ਮਾੜੀ ਜਿਹੀ ਚੀਜ਼ ਦੀ ਚੁਭਣ ਹੁੰਦੀ ਹੈ ਆਪਾਂ ਨੂੰ ਕਿੰਨੀ ਤਕਲੀਫ਼ ਹੁੰਦੀ ਹੈ ਕਿ ਜੇ ਉਹਨਾਂ ਵਿੱਚ ਕੋਈ ਹੈ ਨਹੀਂ ਸੀ ਉਹਨਾਂ 'ਚ ਕੁਛ ਹੈ ਨਹੀਂ ਸੀ ਜਿਨ੍ਹਾਂ ਦੇ ਉਹ ਸਰੂਪ ਕਰਕੇ ਆਪਾਂ ਇਸ ਦੁਨੀਆ 'ਤੇ ਹਾਂ ਗੁਰੂ ਮਹਾਰਾਜ ਕਰਕੇ ਅਕਾਲ ਪੁਰਖ ਕਰਕੇ ਆਪਾਂ ਇਸ ਦੁਨੀਆ ਨੂੰ ਦੇਖ ਰਹੇ ਹਾਂ ਕਿ ਆਪਾਂ ਉਹਨਾਂ ਨੂੰ ਇਨਸਾਫ਼ ਦੇਣ ਵਾਸਤੇ ਇਨਸਾਫ਼ ਲੈਣ ਵਾਸਤੇ ਕੁਛ ਨਹੀਂ ਕਰ ਸਕਦੇ ਨਹੀਂ ਮੇਰਾ ਹਜੇ ਕੋਈ ਛੱਡ ਛਡਾ ਨਹੀਂ ਹੋਇਆ ਉਹ ਮੇਰਾ ਪਰਸਨਲ ਮੈਟਰ ਹੈ ਉਹ ਮੇਰੇ ਉਸ ਵਾਸਤੇ ਇਹਦੇ ਵਿੱਚ ਮੈਂ ਕੁਛ ਵੀ ਨਹੀਂ ਕਹਿ ਸਕਦੀ ਕਿਉਂਕਿ ਉਹ ਮੇਰੀ ਵੱਖਰੀ ਲਾਈਫ ਹੈ ਮੇਰਾ ਸਵਾਲ ਇਹ ਸੀ ਸਿੱਧਾ ਸਪਸ਼ਟ ਤੌਰ ਤੇ ਹਾਂਜੀ ਵੀ ਤੁਸੀਂ ਜਿਹੜਾ ਅੱਜ ਇਹ ਜਾਣਕਾਰੀ ਸਾਰੀ ਦੇ ਰਹੇ ਹੋ ਹਾਂਜੀ ਕਿ ਇਸ ਕਰਕੇ ਦੇ ਰਹੇ ਹੋ ਜਾਂ ਤੁਸੀਂ ਪਹਿਲਾਂ ਮੀਡੀਆ ਸਾਹਮਣੇ ਕੀ ਇਹ ਕਾਰਨ ਕੀ ਸੀ ਨਹੀਂ ਇਹ ਇਸ ਕਰਕੇ ਨਹੀਂ ਦੇ ਰਹੀ ਜੇ ਮੇਰਾ ਪਰਸਨਲ ਮੈਟਰ ਦੀ ਗੱਲ ਕਰਦੇ ਹੋ ਉਹ ਮੇਰਾ ਮੈਟਰ ਸ਼ੁਰੂ ਹੋਇਆ ਹੁਣ ਠੀਕ ਹੈ ਜੀ ਜਿਹੜਾ ਇਹ ਮਹਾਰਾਜ ਵਾਲੇ ਦੀ ਗੱਲ ਕਰਦੇ ਆਪਾਂ ਮਹਾਰਾਜ ਦੀ ਬੇਅਦਬੀ ਦੀ ਗੱਲ ਕਰਦੇ ਹਾਂ ਇਹ ਮੈਟਰ ਦੀ ਜਾਣਕਾਰੀ ਮੈਂ ਪਹਿਲਾਂ ਯਾਨੀ ਕਿ ਜਨਵਰੀ ਦਸੰਬਰ ਲਾਸਟ ਜਨਵਰੀ ਦੀ 19 ਤਰੀਕ ਤੱਕ ਇਹ ਪ੍ਰਸ਼ਾਸਨ ਨੂੰ ਸਭ ਕੁਛ ਦੱਸ ਚੁੱਕੀ ਹੈ ਪੰਜਾਬ ਦੇ ਵਿੱਚ ਬਹੁਤ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਾਂਜੀ ਇਸ ਤਰ੍ਹਾਂ ਜਿਹੜਾ ਸਹਿਯੋਗ ਦੀ ਮੰਗ ਕਰਦੇ ਹੋ ਜਿਹੜਾ ਇਨਸਾਫ਼ ਮਿਲ ਸਕੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਨਸਾਫ਼ ਇਹ ਚਾਹੁੰਦੀ ਹਾਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗੁਰੂ ਸਾਹਿਬ ਨੂੰ ਇਨਸਾਫ਼ ਦਵਾ ਦਿਉ ਜਿਨ੍ਹਾਂ ਦੇ ਸਿਰ 'ਤੇ ਸਭ ਕੁਛ ਸਿਰਜ ਰਿਹਾ ਸਭ ਕੁਛ ਹੋ ਰਿਹਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਚਾਹੁੰਦੀ ਹਾਂ ਮਹਾਰਾਜ ਨੂੰ ਇਨਸਾਫ਼ ਦਵਾ ਦਿਉ ਉਹਨਾਂ ਦੀ ਤਾਂ ਕਿ ਕੋਈ ਮੈਂ ਕੁੜੀ ਹੋ ਕੇ ਮੈਂ ਆਪਣਾ ਪਰਿਵਾਰ ਛੱਡਿਆ ਆਪਣਾ ਪਤੀ ਛੱਡਿਆ ਆਪਣਾ ਸਭ ਕੁਛ ਛੱਡਿਆ ਕਾਹਦੇ ਵਾਸਤੇ ਕਿ ਉੱਥੇ ਗਲਤ ਹੋ ਰਿਹਾ ਸੀ ਮੈਂ ਗਲਤ ਨੂੰ ਬਰਦਾਸ਼ਤ ਨਹੀਂ ਕਰ ਸਕੀ ਮੈਨੂੰ ਮੇਰੇ ਰਿਸ਼ਤੇ ਤੱਕ ਕੋਈ ਮਤਲਬ ਨਹੀਂ ਚਾਹੇ ਮੈਨੂੰ ਅੱਜ ਮਾਰ ਦੇਣ ਮੈਨੂੰ ਤਾਂ ਮੈਨੂੰ ਮਰਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਮੈਂ ਅੜੀ ਰਹੀ ਹੁਣ ਵੀ ਮੈਂ ਅੜੀ ਹਾਂ ਜਿੱਥੇ ਮੇਰੇ ਨਾਲ ਕੋਈ ਕਹੂਗਾ ਵੀ ਹਾਂ ਇੱਥੇ ਤੂੰ ਖੜੀ ਹੈ ਉੱਥੇ ਮੈਂ ਖੜੀ ਹਾਂ ਮੈਂ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਦੀ ਮੈਨੂੰ ਗੁਰੂ ਸਾਹਿਬ ਦਾ ਇਨਸਾਫ਼ ਦੀ ਜ਼ਰੂਰਤ ਹੈ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਜੀਤ ਸਿੰਘ ਖੋਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਤੋਂ ਮੇਰੇ ਕੋਲ ਇਸ ਬੇਟੀ ਨੇ
परसों फोन कॉल ते मैनू सारी ये कहानी सुनाई सी जिहड़ी दर्द भरी बड़ी एक शर्मनाक कौम वास्ते मैं कहूँगा ये गल हैगी है कि सतगुरु श्री गुरु ग्रंथ साहिब महाराज के सरूपां नू जिहड़े तरीके दे नाल उन्होंने अग दे हवाले किया किदां चोरी किया क्योंकि जिंदा जागदा गवाह आ सबूत आ असीं सबूत मंगदे फिरदे आ लभदे फिरदे आ सारी ये जिहड़ी तुहाडी प्रैस वार्ता मैं भी कोल बैठा सुन रहा सीगा ते मैनू हैरानगी हो रही है भी असीं डेमोक्रेसी देश विच रह रहे हां परंतु शेम है जज साहब के बयान दिते गए होण आई जी साहब नूं मिलिया गया होवे परंतु हजे कुछ भी ना होया होवे ओह बंदे हुण किदां बाहर घूम रहे हैगे आ ते मेरा सवाल हैगा सारियां जथेबंदियां नूं सारियां धार्मिक संस्थावां नूं एस जी पी सी नूं कि असीं श्री गुरु ग्रंथ साहिब महाराज का दिता होया खाने हाँ उन्हां दा रहमो करम ते चल रहे हैं परंतु अज साडे कोल एक बेटी लड़की हो के उठ के गवाही भी दे रही आ एफीडेविट देने नूं भी तैयार आ सारा कुछ कहण नूं तैयार आ ते पर वह दरिंदियां दे उत्ते कार्रवाई कौन करेगा अज ये लड़की कल्ली ना इहनूं समझा जावे इहदे पिछे वह बहुत कुछ करन दी कोशिश करदे आ संस्था श्री गुरु ग्रंथ साहिब सत्कार कमेटी इहदे नाल हैगी आ और असीं मौजूदा सरकार कोलों मंग करदे आ भी गृह विभाग जिहड़ा सरदार भगवंत सिंह मान हुणां कोल हैगा समां रहिंदिआं वह इस जिहड़ी कौम दे उत्ते बहुत वड्डी त्रासदी है कि सफी सरूप बड़ी लंबी चौड़ी गल चली सी कैप्टन साहब वेले भी गल होई सी बड़ा वड्डा इत्थे एजीटेशन भी होया सी कुछ नहीं होया उदों आपां कहिंदे सी सबूतां दी घाट करन लखबीर सिंह को जमानत दे दी गई अखबारां दी कट्टियां हैगियां परंतु अज सबूत बैठा आ इहनूं फड़ के फाहे लाओ इहनूं अंदर दे दिओ नहीं तां फिर ये किसे ना किसे वीर भाऊ ने इहदा जिवें इत्थे पटियाले होया एवें भी हो सकदा प्रशासन समा रहिंदिआं इहनूं फड़ के अंदर देवे ते इस बच्ची दी जिहड़ी सुरक्षा आ उह प्रशासन दी जिम्मेवारी आ क्योंकि दरिंदे लोग जिहड़े खिमा करना मैनूं जिहड़े प्रशासन खरीद सकदे आ चौथा थम खरीद सकदे आ जथेबंदियां नूं भी उह खरीदण दी कोशिश करदे आ प्रबंधक कमेटी नूं खरीदे आ ते की उह भाड़े दे गुंडे मंगा के इह लड़की दा नुकसान भी करा सकदे आ सो इस करके अज असीं संबोलिक तौर ते छोटी जी एक छोटी प्रैस मिलनी च तुहाडे नाल मिले आ तुहाडा मीडिया दा भी धन्नवाद क्योंकि असीं चाहुंदे आ कि तुसीं इह खबर नूं पबलिश कर दिओ बहुत वार बहुत सज्जन मीडिया वाले इहनां कोल बाइटां लै गए आ पर चलियां नहीं हैगियां चलियां नहीं हैगियां इह इक जिहड़ी गल ध्यान मंगदी हैगी आ कि असीं खड़े कित्थे हाँ ओह यारो गुरु ग्रंथ साहिब वास्ते धर्म वास्ते धर्म कोई अवल अल अनूर उपाया कुदरत के सब बंदे एक नूर ते सब जग उपजा कौन भले को मंदे इत्थे तां सारिया धर्मां दी गल करदा गुरु ग्रंथ साहिब सच्चे पातशाह जे उहदे वास्ते साडा मीडिया जां साडियां संस्थावां जां साडा प्रशासन कोई गल ना करे ते बड़ी शेम एक गल बड़ी भद्दी हैगी आ है।